ਉਧਰ ਤਰਨ ਤਾਰਨ ਦੇ ਡੀਸੀ ਦਫ਼ਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰਾਂ ਨੇ ਸਰਕਾਰ ਤੋਂ ਉਹਨਾਂ ਨੂੰ ਪੱਕੇ ਤੌਰ ਤੇ ਨੌਕਰੀ ਤੇ ਰੱਖਣ ਅਤੇ ਤਨਖਾਹ ਵਧਾਉਣ ਦੀ ਮੰਗ ਕੀਤੀ ਗਈ। 9 ਅਕਤੂਬਰ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਆਸ਼ਾ ਵਰਕਰ ਨੇ ਕਿਹਾ ਕਿ ਇਸ ਸਮੇਂ ਤੱਕ ਜੇਕਰ ਸਰਕਾਰਾਂ ਨੇ ਠੋਸ ਕਦਮ ਨਾ ਚੁੱਕੇ ਤੇ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤਿੱਖਾ ਕਰਕੇ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਸਾਡੀ ਅੱਜ ਤੱਕ ਕੋਈ ਮੰਗ ਮੰਨੀ ਨਹੀਂ ਗਈ। ਮੰਗਾਂ ਸਾਡੀਆਂ ਇਹ ਕਿ ਸਾਡੀ ਪੱਕੀ ਜਿਹੜੀ ਪੇ ਆ ਉਹ ਬੰਨੀ ਜਾਵੇ, ਇਨਸੈਂਟਿਵ ਸਾਡੇ ਬੰਦ ਕੀਤੇ ਜਾਣ, ਜੋ ਆਸ਼ਾ ਵਰਕਰ ਦੇ ਨਾਲ ਧੱਕਾ ਹੋ ਰਿਹਾ ਵਾ ਉਹਨੂੰ ਬੰਦ ਕੀਤਾ ਜਾਵੇ, ਨਜਾਇਜ਼ ਜਿਹੜੇ ਆਸ਼ਾ ਵਰਕਰਾਂ ਨੂੰ ਕੰਮ ਦਿੱਤੇ ਜਾ ਰਹੇ ਆ ਉਹ ਬੰਦ ਕੀਤੇ ਜਾਣ। ਇੱਕ ਆਸ਼ਾ ਵਰਕਰ ਇਹੋ ਜਿਹੀ ਵਰਕਰ ਰੱਖੀ ਗਈ ਹੈ ਕਿ ਜਿਹਦੀ ਡਿਊਟੀ 24 ਘੰਟੇ, ਜੇ ਉਹਨੂੰ ਰਾਤ ਨੂੰ 12 ਵਜੇ ਫੋਨ ਆ ਗਿਆ ਉਹਨੂੰ 12 ਵਜੇ ਜਾਣਾ ਪੈਣਾ, ਜੇ ਉਹਨੂੰ 1 ਵਜੇ ਫੋਨ ਆ ਗਿਆ ਉਹਨੂੰ 1 ਵਜੇ ਜਾਣਾ ਪਿਆ, ਜੇ ਤੜਕੇ 4 ਵਜੇ ਫੋਨ ਆ ਗਿਆ ਤਾਂ 4 ਵਜੇ ਹੀ ਉਸ ਨੂੰ ਜਾਣਾ ਪੈਣਾ। ਪਰ ਉਸ ਦੀ ਕੋਈ ਸੁਣਵਾਈ ਨਹੀਂ ਹੈ, ਸਿਰਫ ਇੱਕ ਇਨਸੈਂਟਿਵ ਜਿਹੜੇ ਉਹਨੂੰ ਦਿੱਤੇ ਜਾਂਦੇ ਉਹ ਵੀ ਇਨਸੈਂਟਿਵ ਕੱਟ ਵੱਢ ਕੇ ਆਸ਼ਾ ਨੂੰ ਦਿੱਤੇ ਜਾਂਦੇ ਆ। ਜਦੋਂ ਉੱਥੇ ਜਾ ਕੇ ਪੁੱਛਿਆ ਜਾਂਦਾ ਵਾ ਕਿ ਸਾਡੇ ਇਨਸੈਂਟਿਵ ਵੀ ਨਹੀਂ ਪੂਰੇ ਪੈ ਰਹੇ, ਅਗਲੇ ਕਹਿ ਰਹੇ ਤੁਸੀਂ ਕਰਦੇ ਕੀ ਹੋ। 2008 ਤੋਂ ਆਸ਼ਾ ਵਰਕਰ ਜਿਹੜੀ ਹੈ ਮਤਲਬ ਕਿ ਸੈਂਟਰ ਨੇ ਇਹਨੂੰ ਨਿਯੁਕਤ ਕੀਤਾ ਸੀ ਆਸ਼ਾ ਨੂੰ। ਆਸ਼ਾ ਇਸ ਟਾਈਮ ਸਭ ਤੋਂ ਜ਼ਿਆਦਾ ਨਿਰਾਸ਼ਾ 'ਚ ਜਾ ਰਹੀ ਹੈ। ਮੋਦੀ ਸਰਕਾਰ ਤਾਂ ਸਾਨੂੰ ਬਹੁਤ ਜ਼ਿਆਦਾ ਫੇਸ ਸੀ ਕਿ ਇਸ ਟਾਈਮ ਸ਼ਾਇਦ ਸਾਨੂੰ ਮੋਦੀ ਸਰਕਾਰ ਕੁਛ ਨਾ ਕੁਛ ਦੇ ਕੇ ਜਾਏਗੀ, ਪਰ ਉਹਨਾਂ ਨੇ ਵੀ ਇੱਕ ਲਾਲੀਪੱਪ ਦੇ ਕੇ ਅਤੇ ਆਸ਼ਾ ਨੂੰ ਤਾਂ ਬਿਠਾ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਕਿਹਾ ਕਿ 1000 ਤੁਹਾਡਾ ਜਿਹੜਾ ਚਾਲੂ ਕੀਤਾ ਜਾਏਗਾ, 1000 ਤਾਂ ਕੋਈ ਅੱਗੇ ਨਹੀਂ ਆ ਰਿਹਾ। 2000 ਦੇ ਅਸੀਂ ਤਾਂ ਕਹਾਂਗੇ ਨਾ ਕਿ 1000 ਸਾਨੂੰ ਪਹਿਲਾਂ ਮਿਲ ਰਿਹਾ। ਅਸੀਂ ਜਿੰਨਾ ਆਸ਼ਾ ਵਰਕਰ ਦਾ ਕੰਮ ਏਐਨਐਮ ਦੇ ਬਰਾਬਰ ਲਿੱਤਾ ਜਾ ਰਿਹਾ। ਆਸ਼ਾ ਕੋਲ ਸਰਵੇ ਹਰ ਇੱਕ ਦੇ, ਟੀਬੀ ਦਾ ਕੋਈ ਹੈ ਇਸ ਟਾਈਮ ਚੱਲ ਰਿਹਾ, ਕੋਈ ਕੈਂਸਰ ਦਾ ਸਰਵੇ ਚੱਲ ਰਿਹਾ, ਮੋਦੀ ਸਾਹਿਬ ਦੀ ਸਕੀਮ ਆਈ ਸੀ ਜਨ ਧਨ ਦੇ ਵਿੱਚ, ਉਹਨਾਂ ਕੋਲ ਕੰਮ ਲਿੱਤਾ ਜਾਂਦਾ ਪਰ ਉਹਨਾਂ ਦਾ ਪੈਸਾ ਬਿਲਕੁਲ ਨਹੀਂ ਪਾਇਆ ਜਾ ਰਿਹਾ। ਔਰ ਇਨਸੈਂਟਿਵ ਦੀ ਗੱਲ ਕਰੀਏ, ਜਦੋਂ ਮਹੀਨੇ ਬਾਅਦ ਆਸ਼ਾ ਕੰਮ ਕਰਦੀ ਹੈ ਉਹਦੇ 'ਚ ਵੀ ਉਹਦੀ ਬਹੁਤ ਜ਼ਿਆਦਾ ਕਟੌਤੀ ਹੁੰਦੀ ਹੈ। ਸਾਡੀ ਸਿਰਫ ਇੱਕ ਡਿਮਾਂਡ ਆ ਕਿ ਸਾਨੂੰ ਇਨਸੈਂਟਿਵ ਦੀ ਸਾਨੂੰ ਪੇ ਕਮਿਸ਼ਨ ਦੇ ਅੰਦਰ ਲਿਆਂਦਾ ਜਾਵੇ, ਜਿਹੜਾ ਬੰਦਾ ਮਾਨ ਭੱਤਾ ਵੈ ਸਰਕਾਰ ਉਹ ਸਾਡਾ ਲਾਗੂ ਕਰੇ। ਇਹ ਸਾਡੀਆਂ ਮੇਨ ਮੰਗਾਂ ਹੈਗੀਆਂ। ਵਰਦੀਆਂ ਸਾਨੂੰ ਮਿਲ ਚੁੱਕੀਆਂ, ਵਰਦੀਆਂ ਨਾਲ ਸਾਡੀ ਰੋਟੀ ਨਹੀਂ ਚੱਲਣੀ।